ਵਿਆਹ ਨੂੰ ਪਿਆਰ ਦੀ ਨੀਂਹ ਕਿਹਾ ਜਾਂਦਾ ਹੈ, ਪਰ ਇਹ ਨੀਹਾਂ ਅੱਜ ਕੱਲ੍ਹ ਇੰਨੀਆਂ ਕਮਜ਼ੋਰ ਨੇ ਕਿ ਪਤੀ ਪਤਨੀ ਇੱਕ ਦੂਸਰੇ ਦੀ ਜਾਨ ਲੈਣ 'ਤੇ ਉਤਾਰੂ ਨੇ। ਨਿੱਤ ਦਿਨ ਆਉਂਦੀਆਂ ਅਜਿਹੀਆਂ ਖਬਰਾਂ ਜਿਸ ਦੇ ਵਿੱਚ ਘਰੇਲੂ ਕਲੇਸ਼ ਦੇ ਚਲਦੇ ਆਪਣਾ ਹੀ ਘਰ ਉਜਾੜ ਰਹੇ ਨੇ ਮੁੰਡੇ ਕੁੜੀਆਂ। ਪਤੀ ਪਤਨੀ ਦੇ ਰੂਪ ਦੇ ਵਿੱਚ ਉਹ ਰਹਿਣਾ ਤਾਂ ਸ਼ੁਰੂ ਕਰ ਦਿੰਦੇ ਨੇ, ਪਰ ਉਹਨਾਂ ਨੂੰ ਰਹਿਣਾ ਆਉਂਦਾ ਨਹੀਂ। ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਇੱਕ ਹੋਰ ਅਜਿਹੀ ਖੌਫਨਾਕ ਵਾਰਦਾਤ ਹੋਈ ਹੈ, ਜਿੱਥੇ ਘਰ ਦੇ ਵਿੱਚ ਮੌਜੂਦ ਪਤਨੀ ਨੇ ਆਪਣੇ ਪਤੀ ਦੀ ਜਾਨ ਲਈ। ਕਟਰ ਵਾਲਾ ਬਲੇਡ ਉਸਦੀ ਗਰਦਨ 'ਤੇ ਸੁੱਟਿਆ ਅਤੇ ਖੂਨੋ ਖੂਨ ਹੋਇਆ ਪਤੀ ਤੜਫ ਤੜਫ ਕੇ ਆਪਣੀ ਜਾਨ ਦੇ ਗਿਆ। ਮਾਂ ਬਾਪ ਇਹ ਨਹੀਂ ਸੋਚਦੇ ਕਿ ਉਹਨਾਂ ਨੇ ਵਿਆਹ ਤੋਂ ਬਾਅਦ ਬੱਚੇ ਵੀ ਪੈਦਾ ਕਰ ਲਏ ਨੇ, ਅਤੇ ਉਹ ਆਪਸ ਦੇ ਵਿੱਚ ਜਦੋਂ ਉਹ ਲੜਾਈਆਂ ਕਰਦੇ ਨੇ ਤਾਂ ਉਸ ਤੋਂ ਬਾਅਦ ਹੁਣ ਪਤੀ ਦੀ ਜਾਨ ਗਈ ਹੈ ਇਸ ਮਾਮਲੇ ਦੇ ਵਿੱਚ, ਅਤੇ ਪਤਨੀ ਨੂੰ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਵੇਗਾ, ਤਾਂ ਹੁਣ ਮਾਸੂਮ ਬੱਚਿਆਂ ਦਾ ਕੀ ਹੋਵੇਗਾ? ਇਹਨਾਂ ਮਾਸੂਮਾਂ ਦਾ ਕੀ ਕਸੂਰ ਸੀ ਜਿਹੜੇ ਕਿ ਸਾਰੀ ਜ਼ਿੰਦਗੀ ਆਪਣੇ ਮਾਂ ਪਿਓ ਦੇ ਪਿਆਰ ਤੋਂ ਵਿਹੋਣੇ ਰਹਿ ਜਾਣਗੇ, ਸੋਚਣਗੇ ਕਿ ਆਖਿਰਕਾਰ ਉਹਨਾਂ ਦੇ ਨਾਲ ਹੀ ਇੰਜ ਕਿਉਂ ਹੋਇਆ? ਮਾਪਿਆਂ ਦੀ ਗਲਤੀ ਦੇ ਕਰਕੇ ਬੱਚਿਆਂ ਨੂੰ ਤਾਂ ਉਮਰ ਇਸ ਗੱਲ ਦਾ ਦੁੱਖ ਭੋਗਣਾ ਪੈਣਾ ਹੈ ਕਿ ਉਹਨਾਂ ਨੂੰ ਮਾਂ ਬਾਪ ਦਾ ਪਿਆਰ ਨਹੀਂ ਮਿਲਿਆ, ਅਤੇ ਦੂਸਰਾ ਇਹ ਕਿ ਉਹਨਾਂ ਦੀ ਮਾਂ ਨੇ ਹੀ ਪਿਓ ਦੀ ਜਾਨ ਲਈ ਸੀ। ਲੁਧਿਆਣਾ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਝਗੜੇ ਤੋਂ ਬਾਅਦ ਪਤੀ ਨੇ ਪਤੀ ਨੂੰ ਖਤਮ ਕੀਤਾ ਗਿਆ। ਪਤਨੀ ਨੇ ਆਪਣੇ ਪਤੀ ਦੀ ਜਾਨ ਲਈ ਹੈ। ਜ਼ਿਆਦਾ ਖੂਨ ਵਹਿਣ ਤੋਂ ਬਾਅਦ ਉਸਦੀ ਜਾਨ ਗਈ। ਮ੍ਰਿਤਕ ਦੀ ਪਹਿਚਾਣ ਬਸੰਤ ਨਗਰ ਦੇ ਰਹਿਣ ਵਾਲੇ ਗੌਰਵ ਦੇ ਰੂਪ ਦੇ ਵਜੋਂ ਕੀਤੀ ਗਈ, ਜੋ ਕਿ ਘਰ ਦੇ ਵਿੱਚ ਹੀ ਹੋਜਰੀ ਦਾ ਕੰਮ ਕਰਦਾ ਸੀ। ਘਰ ਦੇ ਉੱਪਰ ਵਾਲੇ ਫਲੋਰ 'ਤੇ ਹੀ ਦੋ ਬੱਚਿਆਂ ਸਮੇਤ ਆਪਣੀ ਪਤਨੀ ਦੇ ਨਾਲ ਗੌਰਵ ਰਹਿੰਦਾ ਸੀ। ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਦੱਸਿਆ ਕਿ ਗੌਰਵ ਦਾ ਆਪਣੀ ਪਤਨੀ ਦੇ ਨਾਲ ਝਗੜਾ ਹੋ ਗਿਆ ਸੀ। ਉਸਦੀ ਪਤਨੀ ਦਾ ਨਾਮ ਸੋਨਮ ਹੈ। ਸੋਨਮ ਅਤੇ ਗੌਰਵ ਮੰਗਲਵਾਰ ਸਵੇਰੇ ਫਿਰ ਦੁਬਾਰਾ ਕਿਸੇ ਗੱਲ ਨੂੰ ਲੈ ਕੇ ਲੜਾਈ ਕਰਦੇ ਨੇ, ਅਤੇ ਸੋਨਮ ਨੇ ਹੋਜਰੀ ਵਾਲੇ ਕਟਰ ਦੇ ਨਾਲ ਹੀ ਗੌਰਵ ਦੇ ਵੱਲ ਜਦੋਂ ਸੁੱਟਿਆ ਤਾਂ ਉਸਦੀ ਗਰਦਨ ਕੱਟੀ ਗਈ। ਹਾਲਾਤ ਇਹੋ ਜਿਹੇ ਬਣ ਗਏ ਕਿ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਰਿਵਾਰਕ ਮੈਂਬਰਾਂ ਅਨੁਸਾਰ ਡਾਕਟਰਾਂ ਨੇ ਕਿਹਾ ਕਿ ਖੂਨ ਜ਼ਿਆਦਾ ਵਹਿਣ ਕਰਕੇ ਉਸਦੀ ਜਾਨ ਗਈ ਹੈ। ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਗੌਰਵ ਅਤੇ ਸੋਨਮ ਜਿਸ ਸਮੇਂ ਲੜਾਈ ਝਗੜਾ ਕਰ ਰਹੇ ਸਨ, ਘਰ ਦੇ ਵਿੱਚ 11 ਸਾਲ ਦਾ ਬੱਚਾ ਵੀ ਉੱਥੇ ਹੀ ਮੌਜੂਦ ਸੀ। ਪੁਲਿਸ ਨੇ ਉਸਦੇ ਬਿਆਨ ਦਰਜ ਕਰੇਗੀ। ਫਿਲਹਾਲ ਪੁਲਿਸ ਨੇ ਸੋਨਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਉਸਦੇ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜੀ, ਸਾਨੂੰ ਸਵੇਰੇ ਇੰਟੀਮੇਸ਼ਨ ਮਿਲੀ ਸੀ, ਨੂਰਾਲਾ ਰੋਡ 'ਤੇ ਇੱਕ ਇੰਸੀਡੈਂਟ ਹੋਇਆ। CMC ਤੋਂ ਸਾਨੂੰ ਇੰਟੀਮੇਸ਼ਨ ਆਈ ਸੀ, ਇੱਕ ਗੌਰਵ ਕੁਮਾਰ ਹੈ, ਏਜ 37 ਸਾਲ, ਉਹਨਾਂ ਦੀ ਜਿਹੜੀ ਬੋਡੀ ਹੈ ਉਹ CMC ਆਪਣਾ ਬਰੋਡ ਡੈਡ ਲਿਆਂਦਾ ਗਿਆ ਸੀ ਉਹਨਾਂ ਨੂੰ। ਅਸੀਂ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕਰਦੇ ਹੋਏ ਤਫਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਅਤੇ ਉਹਦੀ ਵਾਈਫ ਹੈ ਸੋਨਮ, ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਹੈ। ਇਹਨਾਂ ਦੇ ਦੋ ਬੱਚੇ ਹੈ, ਇੱਕ ਦੀ 1.5 ਸਾਲ ਉਮਰ ਹੈ ਬੱਚੀ ਦੀ ਅਤੇ ਇੱਕ 12 ਸਾਲ ਦਾ ਲੜਕਾ। ਇਹ ਆਪਸ 'ਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ 'ਚ ਇਹਨਾਂ ਦਾ ਤਕਰਾਰ ਹੋਇਆ ਸੀ, ਅਤੇ ਤਕਰਾਰ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਹੈ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰੋਇਡਰੀ ਧਾਗੇ ਨੂੰ ਕੱਟਦਾ, ਉਹ ਜਾ ਕੇ ਇਹਨਾਂ ਨੇ ਫੜ ਕੇ ਇਹਦੇ ਗਲੇ 'ਚ ਵੱਜ ਗਿਆ, ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ। ਅਸੀਂ ਮੌਕੇ 'ਤੇ ਤਫਤੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮੁਕੱਦਮਾ ਦਰਜ ਕਰ ਲਿਆ ਜੀ, ਅਤੇ ਜਿਹੜੀ ਲੇਡੀ ਆ ਸੋਨਮ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ। ਆਪਸ 'ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ, ਜਿਹਦੇ ਕਰਕੇ ਇਹ ਗੱਲ ਐਡੀ ਐਸਕਲੇਟ ਹੋ ਗਈ, ਅਤੇ ਜਿਸ ਦਾ ਨਤੀਜੇ ਕਾਰਨ ਇਹਦੀ ਡੈਥ ਹੋਈ ਗਈ। ਇਹ 304 'ਚ ਪਰਚਾ ਦਿੱਤਾ ਜੀ ਅਸੀਂ। ਹਾਂਜੀ, ਲੇਡੀ ਰੈਸਟ।